आनंद हस्पताल दे डॉक्टरां ने बचाई जहरीले सप्प लड़े मरीज की जान। की नाम वीर जी? केड़ा पिंड है जी? राजोगे। ते की होया तुसीं हस्पताल आए हो? सप्प लड़िया सी। किन्ने दिन हो गए अज? तीजा दिन हो गया जी। ते फिर उदो बाद किथे गए तुसीं? असीं आ चेले वाले गेट ते गए सी। किसी जोगी तो फांडा कराया? नहीं, चेले वाले गेट ते जोगी नहीं आ बाबा, ते जोगी तो भी करवाया सी फांडा, तो मेहरबान ने अमनकना लवाया सी, पर नहीं फर्क पिया भाजी उदों। ते फिर हॉस्पिटल आए? हाँ जी, हूँ बिल्कुल ठीक। ठीक, किन्ने दिन हो गए अज? अज तीजा दिन हो गया जी। ते की कहना चाहते हो अपने वालों, जिस तरह लोग चल जाते जोगियों तो जा फांडे करवाते तुसी ते सब कुछ वेख्या, की कहना चाहते हो? मैडिकल इलाज वधिया कि उह इलाज? मैडिकल इलाज वधिया भाजी। ठीक होना? हाँ जी बिल्कुल ठीक। ਦਰਸਾਬ ਮਰੀਜ਼ ਕਿਹੜੇ ਪਿੰਡ ਦਾ ਸੀ, ਕਿਹੜੇ ਜ਼ਿਲ੍ਹੇ ਦਾ ਸੀ ਜੀ? ਉਹ ਰਾਜੂਕੇ ਪਿੰਡ ਦਾ ਪੇਸ਼ੈਂਟ ਸੀਗਾ ਅਤੇ ਜ਼ਿਲ੍ਹਾ ਤਰਨ ਤਾਰਨ ਦਾ ਮਰੀਜ਼ ਸੀਗਾ। ਕਿੰਨੇ ਦਿਨ ਜਿਹੜੀ ਉੱਥੇ ਕੋਸ਼ਿਸ਼ ਕਰਕੇ ਉਸਦੀ ਜਿਹੜੀ ਜਾਂਚ ਚਾਹੀਦੀ? ਦੇਖੋ ਜੀ, ਪੇਸ਼ੈਂਟ ਨੂੰ ਆਉਂਦਿਆਂ ਹੀ ਅਸੀਂ ਜਿਸ ਤਰ੍ਹਾਂ ਐਗਜ਼ਾਮਿਨ ਕੀਤਾ ਅਤੇ ਉਸ ਤੋਂ ਬਾਅਦ ਪੇਸ਼ੈਂਟ ਨੂੰ ਅਸੀਂ ਤੁਰੰਤ ਹੀ ਵੈਂਟੀਲੇਟਰ ਦੇ ਉੱਤੇ ਲੈ ਲਿਆ। ਵੈਂਟੀਲੇਟਰ ਦੇ ਉੱਤੇ ਲੈਣ ਤੋਂ ਬਾਅਦ ਅਸੀਂ ਜੋ ਕਿ ਸੈਪ ਦੇ ਜ਼ਹਿਰ ਤੋੜ ਦੀ ਦਵਾਈ ਹੁੰਦੀ ਆ ਅਸੀਂ ਬਿਲਕੁਲ ਤੁਰੰਤ ਹੀ ਸਟਾਰਟ ਕਰ ਦਿੱਤੀ। ਦੇਖੋ ਜਿਹੜੀ ਜ਼ਹਿਰ ਤੋੜ ਦਵਾਈ ਹੈ, ਭਾਵੇਂ ਤਿੰਨ ਕਿਸਮ ਦੇ ਸੱਪ ਭਾਰਤ ਵਿੱਚ ਪਾਏ ਜਾਂਦੇ ਹਨ, ਪਰ ਇਹਨਾਂ ਤਿੰਨਾਂ ਸੱਪਾਂ ਦੀ ਜ਼ਹਿਰ ਤੋੜਨ ਦੀ ਦਵਾਈ ਜਿਹੜੀ ਹੈ ਉਹ ਇੱਕੋ ਹੀ ਸੇਮ ਦਵਾਈ ਹੈ ਅਤੇ ਇਸਦਾ ਇਲਾਜ ਹੈ, ਜੋ ਕਿ ਤੁਰੰਤ ਹੀ ਅਸੀਂ ਉਸਨੂੰ ਸ਼ੁਰੂ ਕਰ ਦਿੱਤਾ। ਆਉਂਦਿਆਂ ਹੀ ਪੇਸ਼ੈਂਟ ਨੂੰ ਵੈਂਟੀਲੇਟਰ ਦੇ ਉੱਤੇ ਲਿਆ, ਜ਼ਹਿਰ ਤੋੜ ਦਵਾਈ ਸ਼ੁਰੂ ਕਰ ਦਿੱਤੀ ਅਤੇ 2 ਦਿਨ ਦੇ ਅੰਦਰ ਅੰਦਰ ਸਾਡਾ ਪੇਸ਼ੈਂਟ ਜੋ ਕਿ ਹੋਸ਼ ਵਿੱਚ ਆ ਚੁੱਕਿਆ ਸੀ ਅਤੇ ਅਸੀਂ ਉਸਨੂੰ ਵੈਂਟੀਲੇਟਰ ਦੇ ਉੱਤੋਂ ਉਤਾਰ ਦਿੱਤੇ। ਇਸ ਤਰ੍ਹਾਂ ਦੀ ਸਥਿਤੀ ਮਿਲੀ? ਦੇਖੋ ਪੇਸ਼ੈਂਟ ਇਸ ਵੇਲੇ ਬਿਲਕੁਲ ਆਪ ਰੋਟੀ ਖਾ ਰਿਹਾ, ਤੁਰ ਫਿਰ ਰਿਹਾ, ਗੱਲਾਂ ਕਰ ਸਕਦਾ ਹੈ ਅਤੇ ਪੇਸ਼ੈਂਟ ਇਸ ਤੋਂ ਇਲਾਵਾ ਉਸਦੇ ਅੰਦਰ ਤੁਰ ਫਿਰ ਸਕਦਾ ਹੈ। ਪੇਸ਼ੈਂਟ ਆਪ ਗੱਲ ਬਾਥਰੂਮ ਵੀ ਜਾ ਰਿਹਾ। ਪੇਸ਼ੈਂਟ ਇਸ ਵੇਲੇ ਬਿਲਕੁਲ ਸਟੇਬਲ ਕੰਡੀਸ਼ਨ ਵਿੱਚ ਹੈ। ਡਾਕਟਰ ਸਾਹਿਬ, ਜਿਸ ਤਰ੍ਹਾਂ ਇਹਨਾਂ ਜਿਸ ਤਰ੍ਹਾਂ ਏਰੀਏ ਸਾਡੇ ਪਛੜੇ ਏਰੀਏ, ਅਤੇ ਜਦੋਂ ਵੀ ਸੱਪ ਲੜਦਾ ਲੋਕ ਧਾਗੇ ਤਵੀਤਾਂ ਨੂੰ ਜਾਂ ਮਣਕਾ ਲਾਉਣ ਨੂੰ ਭੱਜਦੇ, ਉਹਦੇ ਬਾਰੇ ਕੀ ਕਹਿਣਾ? ਦੇਖੋ ਜੀ, ਇਹ ਇੱਕ ਬਹੁਤ ਜੋ ਕਿ ਮੰਦਭਾਗੀ ਚੀਜ਼ ਹੈ ਕਿ ਜੋ ਕਿ ਆਪਣੇ ਭਾਰਤ ਵਿੱਚ ਦੇਖਣ ਨੂੰ ਮਿਲਦੀ ਹੈ ਕਿ ਲੋਕ ਧਾਗੇ ਤਵੀਤਾਂ ਅਤੇ ਇੱਦਾਂ ਚੀਜ਼ਾਂ ਵੱਲ ਭੱਜਦੇ ਜੋ ਕਿ ਨਹੀਂ ਜਾਣਾ ਚਾਹੀਦਾ। ਨੰਬਰ 1, ਇਸ ਦੇ ਅੰਦਰ ਸਭ ਤੋਂ ਜ਼ਰੂਰੀ ਅਤੇ ਇੰਪੋਰਟੈਂਟ ਚੀਜ਼ ਜਿਹੜੀ ਹੈ ਕਿ ਜਿੰਨੀ ਜਲਦੀ ਆਪਾਂ ਹਸਪਤਾਲ ਮਰੀਜ਼ ਨੂੰ ਲੈ ਕੇ ਆਵਾਂਗੇ, ਉਨੀ ਹੀ ਜ਼ਿਆਦਾ ਚਾਂਸਿਸ ਨੇ ਕਿ ਉਸਦੀ ਜਾਨ ਬਚਾਈ ਜਾ ਸਕੇ। ਉਨੀ ਜਲਦੀ ਉਸਦਾ ਇਲਾਜ ਸ਼ੁਰੂ ਕੀਤਾ, ਜਿੰਨੀ ਜਲਦੀ ਉਸਦਾ ਇਲਾਜ ਸ਼ੁਰੂ ਕੀਤਾ ਜਾਵੇ ਉਨੀ ਜਲਦੀ ਸਾਨੂੰ ਰਿਜ਼ਲਟ ਮਿਲਣਗੇ, ਉਨੀ ਜਲਦੀ ਮਰੀਜ਼ ਠੀਕ ਹੋਏਗਾ। ਐਂਡ ਜਿਹੜੀ ਵੱਡੀ ਮੇਨ ਗੱਲ ਹੈ ਕਿ ਇਸ ਚੀਜ਼ ਦਾ ਇਲਾਜ ਹੈ, ਇਹ ਬਿਲਕੁਲ ਕੋਈ ਘਬਰਾਉਣ ਦੀ ਲੋੜ ਨਹੀਂ ਕਿ ਸ਼ਾਇਦ ਇਸ ਚੀਜ਼ ਦਾ ਇਲਾਜ ਨਹੀਂ ਹੈ ਜਾਂ ਇਸ ਚੀਜ਼ ਦੇ ਸੱਪ ਵੱਢਣ ਤੋਂ ਬਾਅਦ ਹੁਣ ਤਾਂ ਜੀ ਬਿਲਕੁਲ ਅਸੀਂ ਕੁਛ ਕਰ ਹੀ ਨਹੀਂ ਸਕਦੇ। ਨਹੀਂ, ਸੱਪ ਵੱਢਣ ਦਾ ਇਲਾਜ, ਸੱਪ ਦੀ ਸਨੇਕ ਬਾਈਟ ਦਾ ਇਲਾਜ ਹੈ ਅਤੇ ਇਸ ਦਾ ਇਲਾਜ ਹਸਪਤਾਲ ਜਿੰਨੀ ਛੇਤੀ ਆਪਾਂ ਆਵਾਂਗੇ ਉਨੀ ਜਲਦੀ ਸ਼ੁਰੂ ਕਰਾਈ ਤਾਂ ਉਨੀ ਛੇਤੀ ਮਰੀਜ਼ ਠੀਕ ਹੋਏਗਾ। ਹਾਂਜੀ ਡਾਕਟਰ ਸਾਹਿਬ, ਕੀ ਨਾਂ ਜੀ ਆਪਣਾ? ਮੇਰਾ ਨਾਮ ਡਾਕਟਰ ਐਚ ਪੀ ਐਸ ਸਪਿੰਡਰ ਹੈ। ਮੈਂ MBBS MD ਮੈਡੀਸਨ ਹਾਂ। MD ਮੈਡੀਸਨ ਤੋਂ ਭਾਵ ਹੈ ਕਿ ਮੈਂ ਹਾਰਟ, ਚੈਸਟ, ਪੇਟ ਦਾ ਸਪੈਸ਼ਲਿਸਟ ਹਾਂ। ਇਸ ਤੋਂ ਇਲਾਵਾ MD ਮੈਡੀਸਨ ਦੇ ਅੰਦਰ ਬਹੁਤ ਕਿਸਮ ਦੀਆਂ ਪੋਇਜ਼ਨਿੰਗ ਜਿਹਨੂੰ ਆਪਾਂ ਕਹਿੰਦੇ ਹਾਂ, ਜ਼ਹਿਰ ਪੀਤਾ ਜਾਂ ਕੋਈ ਵੀ ਤਰ੍ਹਾਂ ਦੀ ਜਾਨਵਰ ਦੀ ਜਾਂ ਸੱਪ ਕਹਿ ਲਓ, ਸੱਪ ਇਨਸੈਕਟ ਬਾਈਟ ਹੋ ਗਿਆ, ਸਨੇਕ ਬਾਈਟ ਹੋ ਗਿਆ, ਇਹ ਸਾਰੀਆਂ। ਹੁਣ ਤੁਸੀਂ ਕਿੱਥੇ ਸੇਵਾਵਾਂ ਦੇ ਰਹੇ ਹੋ? ਇਸ ਟਾਈਮ ਮੈਂ ਆਨੰਦ ਹੋਸਪਿਟਲ ਭਿੱਖੀ ਪਿੰਡ ਦੇ ਵਿੱਚ ਐਜ਼ ਅ ਮੈਡੀਕਲ ਸੁਪਰਡੈਂਟ। ਪਤਾ ਲੱਗਾ ਕਿ ਹੋਸਪਿਟਲ ਦੇ ਵਿੱਚ ਬਹੁਤ ਸੀਰੀਅਸ ਮਰੀਜ਼ ਆਇਆ ਸੀ ਜਿਸ ਨੂੰ ਸੱਪ ਲੜਿਆ ਸੀ, ਉਹਦੇ ਬਾਰੇ ਕੀ ਕਹਿਣਾ? ਹਾਂਜੀ, ਸਾਡੇ ਕੋਲ ਜੀ 5 ਦਿਨ ਪਹਿਲਾਂ ਇੱਕ ਸਨੇਕ ਬਾਈਟ ਦੇ ਨਾਲ ਸਵੇਰ ਦੇ ਟਾਈਮ 'ਤੇ ਇੱਕ ਪੇਸ਼ੈਂਟ ਆਇਆ ਸੀ ਜੋ ਕਿ ਬੇਹੋਸ਼ੀ ਦੀ ਹਾਲਤ ਵਿੱਚ ਸਾਡੇ ਹਸਪਤਾਲ ਵਿੱਚ ਆਇਆ ਸੀ ਅਤੇ ਪੇਸ਼ੈਂਟ ਨੂੰ ਅਸੀਂ ਆਉਂਦਿਆਂ ਹੀ ਦੇਖਿਆ ਤਾਂ ਪੇਸ਼ੈਂਟ ਬਿਲਕੁਲ ਬੇਹੋਸ਼ੀ ਦੀ ਹਾਲਤ ਵਿੱਚ, ਹੱਥ 'ਤੇ ਹੱਥ ਪੈਰ ਨਹੀਂ ਚੱਲ ਰਹੇ ਸੀ, ਚੂੰਡੀ ਵੱਡਿਆਂ ਦੇ ਉੱਤੇ ਸਿਰਫ ਉਹ ਹੱਥ ਹਿਲਾਉਂਦਾ ਸੀ। ਇਸ ਤੋਂ ਇਲਾਵਾ ਆਪਣੇ ਆਪ ਨਾ ਉਹ ਤੁਰ ਪਾ ਰਿਹਾ ਸੀ ਅਤੇ ਨਾ ਹੀ ਉਹ ਗੱਲ ਕਰ ਪਾ ਰਿਹਾ ਸੀ ਅਤੇ ਪੇਸ਼ੈਂਟ ਨੂੰ ਅਸੀਂ ਸਵੇਰ ਦੇ ਟਾਈਮ 'ਤੇ ਜੋ ਕਿ ਉਹਦੇ ਨਿਸ਼ਾਨ ਦੇ ਅਤੇ ਘਰਦਿਆਂ ਦੇ ਪੁੱਛਣ ਦੇ ਮੁਤਾਬਿਕ ਸਾਨੂੰ ਪਤਾ ਲੱਗਿਆ ਕਿ ਉਹ ਸਨੇਕ ਬਾਈਟ ਸੀਗਾ
ਤੇ 5 ਦਿਨ ਪਹਿਲਾਂ ਸਾਡੇ ਕੋਲੇ ਪੇਸ਼ੈਂਟ ਆਇਆ ਸੀ। ਉਹਦਾ ਕੋਈ ਪਤਾ ਲੱਗਾ ਕਿਹੜਾ ਸੱਪ ਸੀ ਜੋ ਲੜਿਆ ਸੀ? ਦੇਖੋ ਜੀ, ਸਨੇਕ ਬਾਈਟ ਦੇ ਅੰਦਰ ਆਪਣੇ ਇੰਡੀਆ ਦੇ ਵਿੱਚ ਜਾਂ ਕਹਿ ਲਓ ਭਾਰਤ ਦੇ ਵਿੱਚ ਮੇਨ 3 ਕਿਸਮ ਦੇ ਹੀ ਸੱਪ ਨੇ। ਇੱਕ ਕੋਬਰਾ ਹੈ, ਦੂਸਰਾ ਵਾਈਪਰ ਅਤੇ ਤੀਸਰਾ ਕ੍ਰੇਟ। ਅਤੇ ਇਹਨਾਂ ਤਿੰਨਾਂ ਦੀ ਬਾਈਟ ਜਿਹੜੀਆਂ, ਇਹਨਾਂ ਤਿੰਨਾਂ ਦੇ ਜਿਹੜਾ ਵੱਢਦਾ ਹੈ, ਇਹਨਾਂ ਨੂੰ ਦੇਖਣ ਦਾ ਇਹ ਤਰੀਕਾ ਹੈ ਕਿ ਜੇ ਜ਼ਖਮ ਦੇ ਉੱਤੇ ਨਿਸ਼ਾਨ ਹੋਣ ਤਾਂ ਉਹ ਕੋਬਰਾ ਜਾਂ ਵਾਈਪਰ ਹੁੰਦਾ ਹੈ, ਜੇ ਕੋਈ ਨਿਸ਼ਾਨ ਨਾ ਹੋਵੇ ਜ਼ਖਮ ਦੇ ਉੱਤੇ ਤਾਂ ਮਤਲਬ ਹੈ ਕਿ ਉਹ ਕ੍ਰੇਟ ਹੈ। ਅਤੇ ਜਿਸ ਤਰ੍ਹਾਂ ਕਿ ਇਸ ਮਰੀਜ਼ ਦੇ ਅੰਦਰ ਸੀਗਾ, ਇਸ ਦੇ ਪੈਰ ਦੇ ਉੱਤੇ ਸੋਜ ਸੀ, ਨਿਸ਼ਾਨ ਸੀਗਾ, ਅਤੇ ਪੇਸ਼ੈਂਟ ਸਾਹ ਨਹੀਂ ਲੈ ਪਾ ਰਿਹਾ ਸੀ। ਤੋ ਇਸ ਤੋਂ ਮੁਤਾਬਿਕ ਸਾਨੂੰ ਜੋ ਅਸੀਂ ਅੰਦਾਜ਼ਾ ਲਾਇਆ ਕਿ ਇਹ ਕੋਬਰੇ ਦੀ ਬਾਈਟ ਹੈ ਅਤੇ ਇਸਨੂੰ ਕੋਬਰਾ ਸੱਪ ਨੇ ਵੱਢਿਆ ਹੈ। ਕਿਹੜੇ ਪਿੰਡ ਦਾ ਮਰੀਜ਼ ਸੀ ਇਹ?